ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ, ਲਾਈਵ ਕਵਰੇਜ ਲਈ ਸੰਪਰਕ ਕਰੋ। ਖੇਤੀਬਾੜੀ ਵਿਭਾਗ ਨੇ ਕੀਤੀ ਪਰਾਲੀ ਨਾ ਸਾੜਨ ਸੰਬੰਧੀ ਹੋਕਾ ਦਿੰਦੀ ਵੈਨ ਪਿੰਡਾਂ ਲਈ ਰਵਾਨਾ। ਮਾਨਯੋਗ ਡਾਕਟਰ ਸੁਤੰਤਰ ਕੁਮਾਰ ਐਰੀ, ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਵਿਭਾਗ ਨੇ ਬਲਾਕ ਕਰੂੜਕਾ ਕਲਾਂ ਵਿੱਚ ਪਰਾਲੀ ਨਾ ਸਾੜਨ ਸੰਬੰਧੀ ਹੋਕਾ ਦਿੰਦੀ ਇੱਕ ਵੈਨ ਬਲਾਕ ਦੇ ਸਾਰੇ ਪਿੰਡਾਂ ਲਈ ਰਵਾਨਾ ਕੀਤੀ। ਇਸ ਵੈਨ ਨੇ ਬਲਾਕ ਦੇ ਕੁੱਲ 57 ਪਿੰਡ ਕਵਰ ਕੀਤੇ। ਡਾਕਟਰ ਰਣਜੀਤ ਸਿੰਘ ਚੌਹਾਨ, ਬਲਾਕ ਖੇਤੀਬਾੜੀ ਅਫਸਰ ਰੁੜਕਾ ਕਲਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਪੱਧਰ ਤੋਂ ਇਹ ਵੈਨਾਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਅਤੇ ਡਾਕਟਰ ਨਾਜ਼ਰ ਸਿੰਘ, ਮੁੱਖ ਖੇਤੀਬਾੜੀ ਅਫਸਰ ਜਲੰਧਰ ਵੱਲੋਂ ਹਰੀ ਝੰਡੀ ਦੇ ਕੇ ਜ਼ਿਲ੍ਹੇ ਦੇ ਸਾਰੇ ਬਲਾਕਾਂ ਲਈ ਰਵਾਨਾ ਕੀਤੀਆਂ ਗਈਆਂ। ਰੋੜਕਾ ਕਲਾਂ ਵਿਖੇ ਪਹੁੰਚੀ ਵੈਨ ਬਲਾਕ ਦੇ ਸਾਰੇ 57 ਪਿੰਡ ਪੂਰੇ 5 ਦਿਨਾਂ ਵਿੱਚ ਕਰੇਗੀ। ਇਸ ਵੈਨ ਰਾਹੀਂ ਕਿਸਾਨਾਂ ਨੂੰ ਸਪੀਕਰ ਰਾਹੀਂ ਪਰਾਲੀ ਨੂੰ ਸਾੜਨ ਦੇ ਨੁਕਸਾਨ ਅਤੇ ਇਸ ਨੂੰ ਖੇਤ ਵਿੱਚ ਵਾਹੁਣ ਦੇ ਫਾਇਦਿਆਂ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ ਜਾ ਰਹੀ ਹੈ। ਮੁਹਿੰਮ ਦੇ ਰੂਪ ਵਿੱਚ ਇਹ ਵੈਨ ਕ੍ਰਾਪ ਰੈਜੀਡੀਓ ਮੈਨੇਜਮੈਂਟ ਪ੍ਰੋਗਰਾਮ ਦੇ ਤਹਿਤ ਚਲਾਈ ਜਾ ਰਹੀ ਹੈ। ਇਸ ਵੈਨ ਦੇ ਰਾਹੀਂ ਕਿਸਾਨਾਂ ਨੂੰ ਪਰਚੇ ਵੀ ਵੰਡੇ ਜਾ ਰਹੇ ਹਨ, ਜਿਨ੍ਹਾਂ ਉੱਪਰ ਪਰਾਲੀ ਸਾੜਨ ਦੇ ਨੁਕਸਾਨ ਅਤੇ ਫਾਇਦਿਆਂ ਬਾਰੇ ਵਿਸਤਾਰ ਨਾਲ ਲਿਖਿਆ ਗਿਆ ਹੈ। ਡਾਕਟਰ ਚੌਹਾਨ ਨੇ ਕਿਹਾ ਕਿ ਉਮੀਦ ਹੈ ਕਿ ਇਸ ਵੈਨ ਦੇ ਰਾਹੀਂ ਕਿਸਾਨ ਵੀਰ ਜਾਗਰੂਕ ਹੋਣਗੇ ਅਤੇ ਪਰਾਲੀ ਨੂੰ ਅੱਗ ਨਹੀਂ ਲਗਾਉਣਗੇ, ਬਲਕਿ ਇਸ ਨੂੰ ਜ਼ਮੀਨ ਦੇ ਵਿੱਚ ਹੀ ਵਾਹੁਣਗੇ। ਪਹਿਲਾਂ ਕਿਸਾਨ ਵੀਰਾਂ ਕੋਲ ਬਹਾਨਾ ਸੀ ਕਿ ਪਰਾਲੀ ਨੂੰ ਵਿੱਚੇ ਵਾਹੁਣ ਲਈ ਮਸ਼ੀਨਾਂ ਨਹੀਂ ਹਨ, ਪਰ ਹੁਣ ਉਹਨਾਂ ਦੇ ਬਹਾਨਾ ਨਹੀਂ ਚੱਲੇਗਾ, ਕਿਉਂਕਿ ਖੇਤੀਬਾੜੀ ਵਿਭਾਗ ਪੰਜਾਬ ਨੇ ਪਿਛਲੇ ਅਤੇ ਇਸ ਸਾਲ ਬਹੁਤ ਸਾਰੀਆਂ ਮਸ਼ੀਨਾਂ ਜਿਵੇਂ ਕਿ ਕੰਬਾਈਨ ਪਿੱਛੇ SMS ਹੈਪੀ ਸੀਡਰ, ਸੁਪਰ ਸੀਡ, ਮਲਚਰਲ ਚੋਪਰ ਅਤੇ ਉਲਟਾਵੇਂ ਹੱਲ ਅੱਧੀ ਕੀਮਤ ਤੇ ਦਿੱਤੇ ਹਨ। ਕਿੱਥੇ ਕਿੱਥੇ ਹਾਂਜੀ, ਕੀ ਮਸਲਾ ਦੱਸੋ ਇਹ? ਮੈਂ ਡਾਕਟਰ ਰਣਜੀਤ ਸਿੰਘ ਚੌਹਾਨ, ਬਲਾਕ ਖੇਤੀਬਾੜੀ ਅਫਸਰ ਰੁੜਕਾ ਕਲਾਂ, ਜ਼ਿਲ੍ਹਾ ਜਲੰਧਰ ਤੋਂ। ਦੋਸਤੋ, ਝੋਨੇ ਦੀ ਵਾਢੀ ਦਾ ਸਮਾਂ ਆ ਗਿਆ ਹੈ, ਕਾਫੀ ਜ਼ੋਰਾਂ 'ਤੇ ਝੋਨੇ ਦੀ ਵਾਢੀ ਚੱਲ ਰਹੀ ਹੈ ਅਤੇ ਹੁਣ ਮੌਕਾ ਹੈ ਪਰਾਲੀ ਨੂੰ ਸਾਂਭਣ ਦਾ। ਇਸੇ ਲੜੀ ਦੇ ਵਿੱਚ ਅੱਜ ਅਸੀਂ ਜ਼ਿਲ੍ਹਾ ਜਲੰਧਰ ਦੇ ਸਾਰੇ ਬਲਾਕਾਂ ਦੇ ਵਿੱਚ ਇੱਕ ਇਹੋ ਜਿਹਾ ਹੋਕਾ ਦਿੰਦੀਆਂ ਵੈਨਾਂ ਪਿੰਡਾਂ ਦੇ ਵਿੱਚ ਤੋਰੀਆਂ ਹਨ, ਜਿਹੜੀਆਂ ਇਹ ਹੋਕਾ ਦੇ ਰਹੀਆਂ ਹਨ ਕਿ ਪਰਾਲੀ ਨੂੰ ਸਾਂਭਣ ਦੇ ਨਾਲ ਕਿੰਨੇ ਕੁ ਫਾਇਦੇ ਨੇ, ਜੇ ਅਸੀਂ ਉਹਨੂੰ ਜਲਾਉਂਦੇ ਹਾਂ ਤਾਂ ਉਹਦੇ ਕਿੰਨੇ ਨੁਕਸਾਨ ਨੇ। ਸੋ ਇਹ ਵੈਨ ਹੈ ਜਿਹੜੀ ਸਾਡੇ ਬਲਾਕ ਦੇ ਵਿੱਚ ਰੁੜਕਾ ਕਲਾਂ ਦੇ ਵਿੱਚ ਸਾਰੇ ਪਿੰਡਾਂ ਦੇ ਵਿੱਚ ਜਾਵੇਗੀ। ਇਹ ਹੋਕਾ ਦਊਗੀ ਕਿ ਘਰ ਘਰ ਜਾ ਕੇ, ਪਿੰਡ ਪਿੰਡ ਜਾ ਕੇ, ਗਲੀ ਗਲੀ ਜਾ ਕੇ ਹੋਕਾ ਦੇਊਗੀ ਕਿ ਪਰਾਲੀ ਨਾ ਜਲਾਓ। ਕਿਸਾਨ ਵੀਰੋ, ਦੇਖੋ ਵਾਤਾਵਰਨ ਬਹੁਤ ਗੰਧਲਾ ਹੋ ਚੁੱਕਿਆ ਹੈ, ਇਸ ਨੂੰ ਬਚਾਉਣਾ ਸਾਡਾ ਨਿੱਜੀ ਸਭ ਦਾ ਹੀ ਫਰਜ਼ ਹੈ, ਅਤੇ ਜੇ ਅਸੀਂ ਆਪਣਾ ਆਪਣਾ ਬਣਦਾ ਯੋਗਦਾਨ ਇਹਦੇ ਵਿੱਚ ਪਾਵਾਂਗੇ ਤਾਂ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਪੋਲਿਊਸ਼ਨ ਆ ਬਹੁਤ ਜ਼ਿਆਦਾ ਹੋ ਰਿਹਾ ਉਹ ਘਟੇਗਾ, ਅਤੇ ਪੋਲਿਊਸ਼ਨ ਘਟਣ ਦੇ ਨਾਲ ਨਾਲ ਸਾਡਾ ਪੰਜਾਬ ਆ ਜਿਹੜਾ ਉਹ ਤੰਦਰੁਸਤ ਹੋਵੇਗਾ। ਸੋ ਮੈਂ ਸਾਰੇ ਪੰਜਾਬ ਦੇ ਕਿਸਾਨ ਵੀਰਾਂ ਨੂੰ ਬੇਨਤੀ ਕਰਦਾ ਕਿ ਇਹ ਪਰਾਲੀ ਨੂੰ ਅੱਗ ਨਹੀਂ ਲਾਉਣੀ, ਬਲਕਿ ਇਹਨੂੰ ਜ਼ਮੀਨ ਦੇ ਵਿੱਚ ਵਾਹ ਕੇ ਇੱਕ ਤੰਦਰੁਸਤ ਪੰਜਾਬ ਦੀ ਸਿਰਜਣਾ ਕਰਨੀ ਹੈ। ਸਰ, ਜਿਹੜੇ ਦੇਖੋ ਜਿਹੜੇ ਕਿਸਾਨ ਵੀਰ ਪਰਾਲੀ ਨੂੰ ਅੱਗ ਲਾ ਰਹੇ ਆ, ਵੈਸੇ ਤਾਂ ਉਹ ਆਪਣੇ ਆਪ ਨਾਲ ਧੋਖਾ ਕਰ ਰਿਹਾ, ਕਿਉਂਕਿ ਸਾਹ ਉਹਨਾਂ ਨੇ ਵੀ ਇਸੇ ਹਵਾ ਦੇ ਵਿੱਚੋਂ ਲੈਣਾ, ਕੋਈ ਬਾਹਰੋਂ ਲਿਆ ਕੇ ਨਹੀਂ ਲੈਣਾ। ਇਸ ਲਈ ਜਿਹੜੇ ਕਿਸਾਨ ਵੀਰ ਪਰਾਲੀ ਨੂੰ ਅੱਗ ਲੈ ਰਹੇ ਆ, ਟੀਮਾਂ ਬਣੀਆਂ ਹੋਈਆਂ, ਪੰਜਾਬ ਸਰਕਾਰ ਨੇ ਸਾਰੇ ਅਫਸਰਾਂ ਨੂੰ ਸੁਚੇਤ ਕੀਤਾ ਹੋਇਆ। ਇਹ ਕਿਸਾਨ ਵੀਰ ਨੂੰ ਡਾਇਰੈਕਟ ਪਤਾ ਨਹੀਂ ਲੱਗਣਾ ਕਿ ਉਹਦੇ 'ਤੇ ਕੀ ਅਸਰ ਹੋ ਗਿਆ, ਇਨਡਾਇਰੈਕਟਲੀ ਇੰਨਾ ਕੁ ਅਸਰ ਹੋ ਜਾਣਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨ ਨੂੰ ਆਪਣੇ ਆਪ ਹੀ ਪਤਾ ਲੱਗ ਜਾਣਾ। ਪਟਵਾਰੀਆਂ ਨੂੰ ਹੁਕਮ ਆਇਆ, ਉਹਨਾਂ ਦੀ ਜਮ੍ਹਾਂਬੰਦੀ ਦੇ ਵਿੱਚ ਲਾਲ ਲਾਈਨ ਲੱਗ ਜਾਣੀ ਆ, ਲਾਲ ਅੱਖਰਾਂ ਦੇ ਨਾਲ ਇੰਦਰਾਜ ਹੋ ਜਾਣਾ ਆ। ਦੂਸਰਾ, ਬਿਜਲੀ ਬੋਰਡ ਨੂੰ ਹਦਾਇਤ ਕੀਤੀ ਹੈ ਕਿ ਇਹਨਾਂ ਦੇ ਨਾਮ ਨੋਟ ਕਰੋ ਜਿਨ੍ਹਾਂ ਨੇ ਅੱਗ ਲਗਾਈ, ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਕੋਈ ਬਿਜਲੀ ਦਾ ਕਨੈਕਸ਼ਨ ਨਹੀਂ ਦਿੱਤਾ ਜਾਊਗਾ। ਮਤਲਬ ਇਹੋ ਜਿਹੀਆਂ ਕਾਰਵਾਈਆਂ ਹੋ ਰਹੀਆਂ ਜਿਨ੍ਹਾਂ ਦਾ ਕਿਸਾਨ ਵੀਰ ਨੂੰ ਸਿੱਧੇ ਤੌਰ 'ਤੇ ਪਤਾ ਨਹੀਂ ਲੱਗੇਗਾ, ਜਦੋਂ ਬਾਅਦ ਦੇ ਵਿੱਚ ਬਾਕੀ ਦਫ਼ਤਰਾਂ ਦੇ ਵਿੱਚ ਕੋਈ ਵੀ ਸਬਸਿਡੀ ਲੈਣ ਜਾਊਗਾ ਉਸ ਵੇਲੇ ਉਹਦੇ ਉੱਤੇ ਅਸਰ ਪਊਗਾ। ਸੋ ਕਿਸਾਨ ਵੀਰੋ, ਬੇਨਤੀ ਇਹ ਹੈ ਕਿ ਇਹੋ ਜਿਹੀ ਨੌਬਤ ਨਾ ਆਵੇ,
ਸਾਡਾ ਪੰਜਾਬ ਪਹਿਲਾਂ ਵੀ ਵਧੀਆ ਸੀ ਪੂਰੇ ਇੰਡੀਆ ਦੇ ਵਿੱਚ, ਹੁਣ ਵੀ ਅਸੀਂ ਇਹਨੂੰ ਵਧੀਆ ਬਣਾ ਕੇ ਦਿਖਾਉਣਾ, ਪਹਿਲਕਦਮੀ ਪੰਜਾਬ ਨੇ ਕਰਨੀ ਆ ਕਿ ਅਸੀਂ ਵਾਤਾਵਰਨ ਬਚਾਉਣ ਦੇ ਵਿੱਚ ਆਪਣਾ ਬਣਦਾ ਯੋਗਦਾਨ ਪਾਈਏ।